ਉਹਨਾਂ ਨੇ ਆਪੋ ਪਰੇਸ਼ਾਨ ਕਰ ਦਿੱਤਾ। ਜਾਂ ਕੁਝ ਆਪਣੇ ਸੁਣਾ ਹੈ, ਆਪ ਬੇਚੈਨ ਹੈ, ਮਨ ਕਾ ਆਕਰੋਸ਼, ਮਨ ਕੀ ਵੇਦਨਾ ਕੈਸੇ ਪ੍ਰਗਟ ਕਰਨਾ, ਉਹ ਰਾਸਤੇ ਵਿੱਚ ਸੁਣਦਾ ਹੈ। ਕੁਛ ਨਹੀਂ, ਆਪ ਹੋ ਸਕੇ ਤੋ ਹੋਸਟਲ ਕੇ ਬਾਹਰ ਜਾਈਏ, ਕਿਸੀ ਪੈਰ ਕੇ ਨੀਚੇ ਅਕੇਲੇ ਬੈਠੀਏ ਔਰ ਨੋਰਮਲ ਲੈ ਜਾਈਏ। ਉਸ ਕਾਗਜ਼ ਤੇ ਸਾਰੀ ਘਟਨਾ ਦਾ ਵਰਣਨ ਦੇ ਦੀਜੀਏ, ਲਿਖਦੇ ਚਲੇ ਜਾਈਏ, ਕਿਆ ਹੁਆ, ਕੈਸੇ ਹੁਆ, ਕਿਸਨੇ ਕਿਆ ਕਹਾ, ਖੁਦ ਕੋ ਕਿਆ ਲਗਾ, ਸਾਰਾ ਜਿੰਨਾ ਜੈਸੇ ਫਿਲਮ ਦਿੱਤੀ ਹੈ ਸਹੀ ਸਾਰਾ ਲਿਖਦੇ ਚਲੇ ਜਾਈਏ। ਫਿਰ ਉਸਨੂੰ ਪੜ੍ਹੀਏ ਮਤ।